कोरोना महामारी विचाले सरकार वालों लगातार वधाईयां जा रही पाबंदियां कारण कामकार ना चलन करके लुधियाना दे रेस्टोरेंट मालक ते दुकानदार हुण परेशान हो चुके हैं। पत्रकार नाल गलबात दौरान दुकानदार मनजीत कुमार ने दस्या कि उन्हां दा चार दा काम है उतो कर्जे लए हुए हैं, लेकिन हालात ए ने कि जब तक गाहकी पैंदी है उद तक दुकान बंद करन दा समा हो जांदा है। अगर दुकान बंद ना की जाए तो पुलिस वाले परेशान कर दे हैं, हुण तां घर दा खर्चा भी कढ़ना औखा हो गया है। मेरा नाम मनजीत कुमार है जी। की काम करदे हो तुसीं इत्थे? मैं इत्थे चांप दा काम करदा जी। ਕਿੱਦਾਂ ਚੱਲ ਰਿਹਾ ਕੰਮ? ਕੰਮ ਬਸ ਬਿਲਕੁਲ ਹੀ ਮੰਦਾ ਜੀ, ਕਰੋਨਾ ਕਰਕੇ ਬਹੁਤ ਜ਼ਿਆਦਾ ਮੰਦਾ ਆਇਆ ਜੀ, ਕੰਮ ਕਾਰ ਹੈ ਹੀ ਨਹੀਂ ਗਾ ਬਿਲਕੁਲ ਜੀ। ਕੀ ਕਰ ਸਕਦੇ ਇੱਥੇ? ਸਵੇਰੇ ਆਈਦਾ 8 ਵਜੇ, ਸ਼ਾਮੀ ਕਹਿੰਦੇ 6 ਵਜੇ ਬੰਦ ਕਰੋ ਜੀ, 5 ਵਜੇ ਬੰਦ ਕਰੋ ਜੀ, ਪੁਲਿਸ ਵਾਲੇ ਆ ਜਾਂਦੇ ਆ ਬੰਦ ਕਰਾਉਣ ਲਈ। ਕੰਮ ਕਾਰ ਕੋਈ ਰਿਹਾ ਹੀ ਨਹੀਂ ਗਿਆ, ਵਿਹਲੇ ਘੁੰਮਦੇ ਫਿਰਦੇ ਪਏ ਅਸੀਂ ਇੱਥੇ। ਬਸ ਬੰਦ ਕਰਕੇ 6 ਵਜੇ ਚਲੀ ਜਾਈਦਾ, ਭੱਜੀ ਦਾ ਘਰ ਨੂੰ। ਜ਼ਿਆਦਾ ਖਰਚ ਕਿੱਥੇ? ਖਰਚ ਘਰੋਂ ਪਤਾ ਨਹੀਂ ਕਿੱਦਾਂ ਕਦੇ ਫੜ ਫੜ ਕੇ ਲਈ ਆਈਦੇ ਆ, ਕਰਜ਼ੇ ਚੱਕੇ ਹੋਏ ਆ ਤੇ ਕਿੱਥੇ ਪੂਰਾ ਕਰਾਂਗੇ ਇੱਦਾਂ ਕਰਕੇ ਅਸੀਂ। ਕਿੱਦਾਂ ਦੀ ਰਾਹਤ ਚਾਹੁੰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਰਾਹਤ ਚਾਹੁੰਦੇ ਸੀ, ਸਾਨੂੰ ਸਹੀ ਕੰਮ ਦਿਓ ਜੀ, ਜਾਂ ਸਾਨੂੰ ਪੈਸਾ ਦਿਓ, ਤੇਰਾ ਪੈਸਾ ਦਿਓ ਸਾਨੂੰ, ਅਸੀਂ ਕੰਮ ਕਰ ਸਕੀਏ ਅੱਗਿਓ, ਜਾਂ ਸਾਨੂੰ ਰਾਹਤ ਦਿਓ, ਮਹੀਨੇ ਦੀ ਰਾਹਤ ਦਿਓ ਸਾਨੂੰ, ਅਸੀਂ ਆਪਣਾ ਕਾਰੋਬਾਰ ਬੱਚਿਆਂ ਨੇ ਵੀ ਦੇਖੀਏ, ਬੱਚਿਆਂ ਨੂੰ ਪੜ੍ਹਾ ਲਿਖਾ ਕਰੀਏ, ਫਾਸਟ ਵਾਲ ਕਰੀਏ। ਟਾਈਮ ਤਾਂ ਬਿਲਕੁਲ ਜੀ ਵਧਾਉਣਾ ਚਾਹੀਦਾ ਟਾਈਮ ਤਾਂ ਜੀ, ਇਹਨਾਂ ਨੇ ਬਹੁਤ ਕੰਮ ਖਰਾਬ ਕੀਤਾ ਇਹਦਾ ਚੀਜ਼ ਦਾ। ਨਾ ਕੀ ਕਰ ਸਕਦੇ ਹਾਂ ਹੁਣ ਦੱਸੋ? ਅਤੇ ਸਰਕਾਰ ਕੋਲ ਮੰਗ ਇਹੀ ਕਰਦੇ ਜੀ, ਇਹ ਤਾਂ ਕੰਮ ਮਾੜਾ ਟਾਈਮ ਸਾਨੂੰ ਵਧਾਇਆ ਜਾਵੇ, ਸਾਡਾ ਕਾਰੋਬਾਰ 'ਚ ਥੋੜ੍ਹਾ ਜਿਹਾ ਬਹੁਤ ਠੱਪ ਕੀਤਾ ਇਹਨਾਂ ਨੇ, ਕੰਮ ਕਾਰੋਬਾਰ 'ਚ ਕਮੀ ਆਈ ਹੋਈ ਆ। ਸਿਰਫ ਇਹੀ ਹੈ, ਸਿਰਫ ਬੇਨਤੀ ਹੈ ਸਿਰਫ ਸਰਕਾਰ ਤੋਂ ਕਿ ਸਾਡਾ ਕੰਮ ਕਾਰ ਚਲਾਵੇ ਮਾੜਾ ਮੋਟਾ ਕੁਛ। ਕਿਆ ਨਾਮ ਹੈ ਜੀ ਆਪਣਾ? ਜੀ ਮੇਰਾ ਨਾਮ ਤਾਹਿਰ ਖਾਨ। ਕਿਆ ਕੰਮ ਕਰਦੇ ਆ ਜੀ? ਹਮਾਰਾ ਜੀ ਢਾਬਾ ਹੈ ਦਿੱਲੀ ਜਾਇਕਾ ਜੀ, ਔਰ ਜੀ ਮੈਂ ਹਮ ਮੈਂ ਪਰਿਵਾਰ ਕੇ ਸਾਥ ਸਾਰੇ ਮੁੰਡੇ ਕਾਰੀਗਰ ਜੀ ਆਏ ਹੋਏ ਹਾਂ ਜੀ। ਇਸ ਟਾਈਮ ਭੋਗਾ ਪੜ ਗਿਆ ਸਰ, ਕਾਰੀਗਰ ਕੇ ਲਿਖਾਨੇ ਸਰ, ਔਰ ਮੈਨੂੰ ਮੁੰਡੋ ਕੇ ਵੀ ਇਸ ਟਾਈਮ ਪੇ ਲਿਖਾਨਾ ਜੀ। ਹਾਲਤ ਇਸ ਟਾਈਮ ਪੇ ਬਹੁਤ ਜ਼ਿਆਦਾ ਜੀ ਮੁੰਡਾ ਮੋਟਾ ਹੋ ਗਿਆ ਜੀ, ਨਹੀਂ ਤੋ ਕਾਰੀਗਰੋ ਕੇ ਲਿਖਰ ਪਾ ਰਹੇ, ਨਾ ਜੀ ਦੁਕਾਨ ਕੇ ਲਿਖਰ ਪਾ ਰਿਹਾ ਕਿਰਾਇਆ ਜੀ। ਅੱਜ ਕੇ ਟਾਈਮ ਜੀ ਸੈਟਿੰਗ ਸਾਰੀ ਬੰਦ ਕਰ ਰੱਖੀ ਹੈ, ਸੈਟਿੰਗ ਜੋ ਤੀ ਹਮਾਰੀ ਸੈਟਿੰਗ 5 ਵਜੇ ਤੱਕ ਟਾਈਮ ਕਰ ਦਿਆ ਸਰ, ਔਰ ਉਸਕਾ ਬਾਅਦ ਮੈਂ ਜੀ ਜੋ ਆਤੀ ਹੈ ਹਮਾਰੀ ਯਹੀ ਰਿਕੁਐਸਟ ਹੈ ਸਰਕਾਰ ਸੇ ਵੀ ਸਰ, ਤੋਰਾ ਹਮਾਰੇ ਲੀ ਚੁਪਾਟੀ ਆ ਜਿਤਨੀ ਦੁਕਾਨਦਾਰ ਹੈ ਸਰ, ਉਨਕੇ ਲੀ ਇਤਨਾ ਸੁਵਿਧਾ ਕਰੇ ਸਰ, ਥੋੜ੍ਹਾ ਸਾ ਸੈਟਿੰਗ 11 ਵਜੇ 11:30 ਵਜੇ ਸੇ 5 ਵਜੇ ਤੱਕ ਕੀ ਸੈਟਿੰਗ ਕਰ ਦੇ, ਸੈਟਿੰਗ ਕੇ ਬਾਅਦ ਮੈਂ ਉਸਕੇ ਬਾਅਦ ਮੈਂ ਹਮ ਆਤੀ ਜੀ ਪੁਲਿਸ ਬੰਦ ਕਰਵਾਨੇ ਤੋ ਉਸਕੋ ਬੰਦ ਕਰ ਦੇਂਗੇ, ਉਸਕੇ ਬਾਅਦ ਮੈਂ ਜੈਸਾ ਹੋਗੀ ਗ੍ਰਾਹਕ ਆਤੇ ਹੈ ਸਰ ਤੋ ਹੋਮ ਡਿਲੀਵਰੀ ਕਰੇਂਗੇ ਸਰ, ਉਨਕੇ ਸਾਥ ਮੈਂ ਜੈਸੇ ਵੀ ਹੋਗਾ, ਉਹ ਜ਼ਿਆਦਾ ਨਹੀਂ ਆਤੇ ਜੋ ਵੀ ਆਏਗੇ ਹੋਮ ਡਿਲੀਵਰੀ ਕਰੇਂਗੇ ਸਰ, ਉਸਕੇ ਬਾਅਦ ਮੈਂ ਕਿਆ ਹੋਗਾ ਜੋ ਵੀ ਹੈ ਆਪਣਾ। ਕਿੰਨਾ ਫਰਕ ਪੜਾ 5 ਵਜੇ ਜੋ ਹੈ ਬੰਦ ਹੋ ਜਾਂਦਾ ਹੈ ਤੋ ਕਿਆ ਧੰਦੇ ਵੀ ਕਿੰਨਾ ਜੀ? ਧੰਦੇ ਪੇ ਤੋ ਜੀ ਧੰਦਾ ਤੋ ਇਸ ਟਾਈਮ ਪੇ ਹੋ ਹੀ ਨਹੀਂ ਰਹੇ 5 ਵਜੇ ਕੇ ਬਾਅਦ ਮੈਂ ਜੀ, ਬਹੁਤ ਜ਼ਿਆਦਾ ਫਰਕ ਪੜਵਾਇਆ, ਪ੍ਰਭਾਵਿਤ ਹੋ ਗਿਆ ਜੀ ਹਮਾਰਾ ਕਾਰੋਬਾਰ, ਸਭ ਵਿਹਲੇ ਬੈਠੇ ਸਰ, ਕੋਈ ਕਾਰੋਬਾਰ ਨਹੀਂ ਹਮਾਰਾ, ਪਹਿਲੇ ਥਾ ਜੀ ਹਮਾਰਾ ਜੋ ਸੈਟਿੰਗ ਬੈਠਣੇ ਕੀ ਸੈਟਿੰਗ ਉਹ ਉਸਮੇ ਬੈਠ ਕੇ ਖਾਲੀ ਕਰੇ ਤੇ ਤੋ ਹਮਾਰਾ ਕੋਈ ਸਭ ਕੋ ਥੋੜਾ ਬੈਨੀਫਿਟ ਹੋ ਜਾ ਕਰਦੇ ਸਰ, ਅਬ ਨਹੀਂ ਹੈ ਜੀ ਉਸਮੇ ਬੈਨੀਫਿਟ, ਹਮ ਸਭ ਵਿਹਲੇ ਸਭ ਖਾਲੀ ਬੈਠੇ ਜੀ, ਇਹ ਮੁੰਡੋ ਕੋ ਕਿਰਾਏ ਬਹੁਤ ਪਰੇਸ਼ਾਨ ਹੈ ਸਾਰੇ ਜੀ ਚੁਪਾਟੀ ਵਾਲੇ ਸਰ। डेस्क रिपोर्ट जनितेशी न्यूज़।